ਅੱਜ ਪਿੰਡ ਉਦੋਵਾਲੀ ਕਲਾਂ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਉਦੇਵੀਰ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਪਿੰਡ ਵਿੱਚ ਵੱਖ ਵੱਖ ਹੋ ਚੁੱਕੀਆਂ ਮੌਤਾਂ ਦੇ ਵਾਰਸਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੱਤਰਕਾਰਾਂ ਦੀ ਗੱਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਇਸ ਪਿੰਡ ਦੀ ਤਰਜ਼ ਦੇ ਆਧਾਰ 'ਤੇ ਸਾਰੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ ਅਤੇ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬਾਕੀ ਪਿੰਡਾਂ ਦਾ ਵੀ ਕੱਲ੍ਹ ਵੀ ਮੈਂ 7-8 ਪਿੰਡ ਕੱਢ ਕੇ ਆਇਆ, ਉੱਥੇ ਵੀ ਪੂਰਾ ਵਿਕਾਸ ਦਾ ਕੰਮ ਕਰ ਰਹੇ। ਜਿੱਥੇ ਇੱਥੇ ਦੀ ਗੱਲ ਕਰੀਏ, ਅੱਧਾ ਜਿਹੜਾ ਪਿੰਡ ਦਾ ਬਾਈਪਾਸ ਹੈ ਉਹ ਬਣ ਗਿਆ ਅਤੇ 500 ਮੀਟਰ ਦੇ ਕਰੀਬ ਰਹਿੰਦਾ ਅਜੇ, ਉਹ ਵੀ ਕਰ ਦਿੰਦੇ ਹਾਂ। ਅਤੇ ਜਿਹੜੀਆਂ ਗਲੀਆਂ ਬਹੁਤ ਪੁਰਾਣੀਆਂ ਬਣੀਆਂ ਉਹ ਵੀ ਅਸੀਂ ਸ਼ੁਰੂ ਕਰਤੀਆਂ। 2 ਗਲੀਆਂ ਜਿਹੜੀਆਂ ਮੇਨ ਰਹਿ ਗਈਆਂ ਬਾਕੀ ਹੋ ਗਈਆਂ। ਅਤੇ ਪਿੰਡ ਨੂੰ ਕਿਸੇ ਗੱਲੋਂ ਨਾ ਨਹੀਂ, ਆਪਾਂ ਨੂੰ ਜੋ ਮੰਗਦੇ ਉਹ ਦਈਦਾ, ਹਰ ਪਿੰਡ ਦਾ ਹੀ ਹੈ ਕਿ ਵਿਕਾਸ ਵੱਲੋਂ ਪੂਰਾ ਜ਼ੋਰ ਲੱਗਿਆ ਹੋਇਆ। ਰੰਧਾਵਾ ਸਾਹਿਬ, ਜਿਹੜੇ ਆਪਣਾ ਮਤਲਬ ਆਪਣਾ ਪਏ ਜਿਹੜੇ ਨੇ ਉਹ ਕਾਫੀ ਕੱਚੇ ਨੇ, ਬੜੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਖਾਸ ਕਰ ਬਰਸਾਤਾਂ ਦੇ ਦਿਨਾਂ ਦੇ ਵਿੱਚ, ਉਹਦੇ ਸੰਬੰਧ 'ਚ ਕੀ ਕਹਿਣਾ ਚਾਹੁੰਦੇ? ਉਹਦੇ ਬਸ ਆਪਾਂ ਪੈਸੇ ਪਵਾਈਏ ਅਤੇ ਜਿਵੇਂ ਜਿਵੇਂ ਮੁਸ਼ਕਿਲਾਂ ਦੱਸਣਗੇ ਉਹੀ ਪੁੱਛਣ ਆਏ ਹਾਂ। ਇੱਕ ਵਾਰੀ ਪੁੱਛ ਲਈਏ ਕੀ ਕੀ ਮੁਸ਼ਕਿਲਾਂ ਪਿੰਡ 'ਚ ਆਉਂਦੀਆਂ, ਫਿਰ ਪਹਿਲਾਂ ਉਹ ਕੰਮ ਕਰਾਈਏ, ਬਾਕੀ ਕੰਮ ਬਾਅਦ 'ਚ ਕਰਾਈਏ। ਠੀਕ ਹੈ, ਥੈਂਕ ਯੂ। ਪਿੰਡ ਦੇ ਵਿਕਾਸ ਵਾਸਤੇ ਜਿਵੇਂ ਸਾਡੇ ਆਪਣੇ ਬੜੇ ਹੀ ਅਜ਼ੀਜ਼ ਆਏ ਨੇ ਸਾਡੇ ਉਦੇਵੀਰ ਸਿੰਘ ਹੋਣੀ, ਅਸੀਂ ਇਸ ਸੰਬੰਧ ਵਿੱਚ ਤੁਹਾਡੇ ਨਾਲ ਗੱਲ ਦੱਸਣੀ ਚਾਹੁੰਦੇ ਹਾਂ ਕਿ ਪਿੰਡ ਵਿੱਚ ਜਦੋਂ ਵੀ ਸਾਡੀ ਸਰਕਾਰ ਕਾਂਗਰਸ ਦੀ ਆਈ ਆ, ਅਸੀਂ ਜਿਹੜੇ ਪ੍ਰੋਪਰਟੀ ਦੇ ਕੰਮ ਕਰਨ ਵਾਲੇ ਨੇ ਉਹ ਕਿਸੇ ਬਿਨਾਂ ਭੇਦਭਾਵ ਦੇ ਸਾਰੇ ਪਿੰਡ 'ਤੇ ਹੁਣ ਤੁਹਾਡੀ ਕਰਵਾਏ ਨੇ। ਜਿੰਨੀਆਂ ਵੀ ਸਰਕਾਰੀ ਸਹੂਲਤਾਂ ਕਿਸੇ ਨੂੰ, ਸਾਡੇ ਆਪਣੇ ਇੱਕ ਨਵੀਂ ਕਲੋਨੀ ਅਸੀਂ ਆਪਣੇ ਪਿੰਡ ਤੋਂ ਬਾਹਰ ਜਾ ਕੇ ਹਰੀਜਨ ਕਲੋਨੀ ਜਿਹੜੀ ਸਥਾਪਿਤ ਕਰਵਾਈ ਆ, ਉਹ ਵੀ ਰੰਧਾਵਾ ਸਾਹਿਬ ਦੀ ਰਹਿਨੁਮਾਈ 'ਚ ਹੋਈ ਸੀ। ਉੱਥੇ ਪੱਕੀ ਸੜਕ ਵੀ ਉਸੇ ਟਾਈਮ ਹੀ ਨਾਲ ਹੀ ਨੀਂਹ ਪੱਥਰ ਰੱਖਿਆ, ਨਾਲ ਹੀ ਪੱਕੀ ਸੜਕ ਜਿਹੜੀ ਆ 2 ਕਿਲੋਮੀਟਰ ਦੀ ਉਹਦੇ ਉੱਤੇ ਬਣਵਾ ਕੇ ਤਿਆਰ ਕਰਕੇ ਅਤੇ ਨਵਾਂ ਪਿੰਡ ਇੱਕ ਉੱਥੇ ਵਸਾਇਆ ਵਾ। ਉਹ ਪਿੰਡ ਵੀ ਇਸੇ ਸਾਡੀ ਰੰਧਾਵਾ ਸਾਹਿਬ ਦੇ ਪਰਿਵਾਰ ਦੀ ਦੇਣ ਆ। ਇਸੇ ਤਰ੍ਹਾਂ ਹੀ ਹੁਣ ਪਿੰਡ ਵਿੱਚ ਅਸੀਂ ਜਿਵੇਂ ਅੱਧਾ ਸਾਡਾ ਬਾਈਪਾਸ ਬਣ ਗਿਆ, ਅੱਧੇ ਦੀ ਅਸੀਂ ਗੱਲ ਕੀਤੀ ਆ, ਉਹ ਵੀ ਬਣਾਉਣ ਜਾ ਰਹੇ ਹਾਂ। ਅਤੇ ਨਾਲ ਦੀ ਨਾਲ ਸਾਡੇ ਪੰਚਾਇਤ ਘਰ ਦੀ ਥੋੜ੍ਹੀ ਜਿਹੀ ਜਿਹੜੀ ਉਹ ਖਸਤਾ ਹਾਲਤ ਹੋਈ ਆ, ਉਹ ਅਸੀਂ ਉਹਨੂੰ ਡਿਜ਼ੋਲਵ ਕਰਕੇ ਅਤੇ ਨਵਾਂ ਪੰਚਾਇਤ ਘਰ ਜਿਹੜਾ ਉੱਥੇ ਸਥਾਪਿਤ ਕਰਨ ਵਾਸਤੇ ਅਸੀਂ ਮਤਾ ਭੇਜਿਆ ਵਾ। ਸਾਨੂੰ ਪੂਰੀ ਆਸ ਆ, ਕਦੀ ਨਾ ਹੀ ਨਹੀਂ ਹੋਈ, ਸਾਨੂੰ ਜੋ ਵੀ ਮੰਗੀ ਉਹ ਸਾਨੂੰ ਮਿਲਦਾ ਜਾਂਦਾ ਆ। ਉਹ ਨਵਾਂ ਪੰਚਾਇਤ ਘਰ ਬਣਾਉਣਾ ਆ ਅਤੇ ਦੋ ਚਾਰ ਜਿਹੜੇ ਸਾਡੇ ਰਸਤੇ ਡੇਰਿਆਂ ਦੇ ਨੇ ਉਹ ਕੁਛ ਪਾਸ ਹੋਏ ਨੇ, ਕੁਛ ਤਾਂ ਅਸੀਂ ਮਤੇ ਪਾ ਕੇ ਭੇਜੇ ਨੇ, ਉਹ ਸਾਰੇ ਦੇ ਸਾਰੇ ਅਸੀਂ ਬਣਵਾ ਕੇ ਅਤੇ ਸਾਰੇ ਪਿੰਡ ਨੂੰ ਇੱਕ ਇੱਥੇ ਮਾਡਲ ਰੂਪ ਵਿੱਚ ਇੱਕ ਰੋਲ ਮਾਡਲ ਪਿੰਡ ਜਿਹੜਾ ਵਾ ਉਹ ਬਣਵਾ ਕੇ ਅਤੇ ਅਸੀਂ ਲੋਕਾਂ ਵਿੱਚ ਪੇਸ਼ ਕਰਾਂਗੇ, ਤਾਂ ਜਾ ਕੇ ਆਪਣੀ ਆਉਣ ਵਾਲੀਆਂ ਜਿਹੜੇ ਸਮੇਂ ਵਿੱਚ ਇਲੈਕਸ਼ਨਾਂ 'ਤੇ ਅਸੀਂ ਲੋਕਾਂ ਵਿੱਚ ਜਾਈਏ। ਸਾਨੂੰ ਕਦੀ ਕਿਸੇ ਨੇ ਅੱਗੇ ਵੀ ਨਾ ਕੀਤੀ, ਨਾ ਅੱਗੇ ਹੁਣ ਸਾਨੂੰ ਨਾ ਕਰਨੀ ਕੋਈ ਹੋਵੇਗੀ। ਜਿੰਨੀਆਂ ਵੀ ਗਲੀਆਂ ਸਾਡੀਆਂ ਥੋੜ੍ਹੀਆਂ ਬਹੁਤੀਆਂ ਰਹਿੰਦੀਆਂ ਨੇ ਉਹ ਅਸੀਂ, ਸਾਡਾ ਨਿਰੰਤਰ ਚੱਲ ਰਿਹਾ ਉਹ ਕੰਮ, ਸਾਨੂੰ ਗ੍ਰਾਂਟਾਂ ਵੱਲੋਂ ਕਦੀ ਵੀ ਇੱਥੇ ਨਾ ਨਹੀਂ ਹੋਈ, ਕਿਉਂਕਿ ਅਸੀਂ ਜਿਹੜੀ ਗ੍ਰਾਂਟ ਆਉਂਦੀ ਆ ਉਹ ਸਾਡੇ ਪਿੰਡ ਦੇ ਜਿਹੜੇ ਵੀ ਆਗੂ ਅਸੀਂ ਬਣਾਉਂਦੇ ਹਾਂ ਉਹ ਬੜੀ ਇਮਾਨਦਾਰੀ ਨਾਲ ਲਾਉਂਦੇ। ਇਹ ਸਾਡੇ ਪਿੰਡ ਦੀ ਮਿਸਾਲ ਆ। ਹੁਣ ਅਸੀਂ ਪਿੰਡ ਦੀ ਜੇ ਪੰਚਾਇਤ ਬਣਾਈ ਹਾਂ ਅਤੇ ਕੋਈ ਇਲੈਕਸ਼ਨ ਨਹੀਂ, ਕਦੀ ਵੀ ਅਸੀਂ ਆਪਣੇ ਟਾਈਮ ਵਿੱਚ ਇਲੈਕਸ਼ਨ ਨਹੀਂ ਪਿੰਡ ਵਿੱਚ ਹੋਣ ਦਿੱਤੀ। ਸਰਵਸੰਮਤੀ ਨਾਲ ਵੀ ਸਰਪੰਚ ਅਤੇ ਟੋਟਲ ਪੰਚਾਇਤ ਬਣਾਈ ਆ, ਇਸ ਕਰਕੇ ਉਹ ਬੜੇ ਭੇਦਭਾਵ ਤੋਂ ਬਗੈਰ ਸਾਰੇ ਪਿੰਡ ਦੇ ਕੰਮ ਜਿਹੜਾ ਨਿਰੰਤਰ ਰੂਪ 'ਚ ਕਰ ਰਹੇ ਆ। ਇਸੇ ਤਰ੍ਹਾਂ ਹੀ ਅੱਗੇ ਕਰਕੇ ਆਪਣਾ ਜਿਹੜਾ ਉਹ ਦੇਖਿਆ ਪਿੰਡ ਦੀ ਨੂੰ ਉੱਤੇ ਲੈ ਕੇ ਜਾਵਾਂ।